ਪੇਸ਼ੈਂਟ ਹੈ ਵਿੱਚ ਜੀ? ਹਾਂਜੀ। ਕਿੰਨੇ ਕੁ ਚਿਰ ਤੋਂ ਪਰੇਸ਼ਾਨ ਹੋ ਰਹੇ? ਇਹ ਸ਼ਮਾ ਹੁਣ ਤਾਂ ਥੋੜਾ ਟਾਈਮ ਹੀ ਹੋਇਆ, ਸ਼ਮਾ ਦੇ ਠੀਕ ਨਹੀਂ ਹੈ, ਠੀਕ ਨਹੀਂ ਆ। ਕਰ ਕਹਿਣਾ ਸੀ ਜੀ, ਸਭ ਨੂੰ ਰਸਤਾ ਮਿਲੇ ਜਾਣ ਵਾਸਤੇ ਜ਼ਰੂਰੀ ਹੈ। ਮਾਤਾ ਜੀ ਢਿੱਲੇ ਵੀ ਜਾਮ ਦੇ ਵਿੱਚ ਫਸੀ ਹੋਈ ਐਂਬੂਲੈਂਸ ਤੇ ਇਸ ਐਂਬੂਲੈਂਸ ਦੇ ਵਿੱਚ ਪਿਆ ਮਰੀਜ਼ ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ, ਪਰ ਇਸ ਐਂਬੂਲੈਂਸ ਨੂੰ ਰਸਤਾ ਨਹੀਂ ਮਿਲ ਰਿਹਾ ਕਿਉਂਕਿ ਕਿਸਾਨਾਂ ਦੇ ਧਰਨੇ ਕਰਕੇ ਕਈ ਕਿਲੋਮੀਟਰ ਤੱਕ ਲੰਮਾ ਜਾਮ ਲੱਗ ਚੁੱਕਿਆ, ਜਿਸ ਕਰਕੇ ਇਹ ਐਂਬੂਲੈਂਸ ਜਾਮ ਦੇ ਵਿੱਚ ਫਸ ਗਈ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਪੰਜਾਬ ਭਰ ਦੇ ਵਿੱਚ 2 ਘੰਟੇ ਲਈ ਹਾਈਵੇ ਜਾਮ ਕੀਤੇ ਗਏ। ਇਸ ਦੌਰਾਨ ਸੜਕਾਂ ਤੇ ਲੰਮੀਆਂ ਲੰਮੀਆਂ ਕਤਾਰਾਂ ਲੱਗ ਪਈਆਂ। ਇਸ ਦੇ ਨਾਲ ਹੀ ਇਹ ਤਸਵੀਰਾਂ ਤੁਹਾਨੂੰ ਦਰਿਆ ਬਿਆਸ ਪੁਲ ਦੀਆਂ ਦਿਖਾ ਰਹੇ ਹਾਂ, ਜਿੱਥੇ ਕਰੀਬ 4 ਤੋਂ 5 ਕਿਲੋਮੀਟਰ ਤੱਕ ਲੰਮਾ ਜਾਮ ਲੱਗ ਪਿਆ ਔਰ ਇੱਕ ਐਂਬੂਲੈਂਸ ਹੈ ਜਿਹੜੀ ਉਹ ਇਸ ਜਾਮ ਦੇ ਵਿੱਚ ਫਸ ਗਈ। ਲੰਘਣ ਨੂੰ ਕੋਈ ਵੀ ਰਸਤਾ ਉਸਨੂੰ ਨਹੀਂ ਮਿਲਿਆ। ਤਾਂ ਪਰਿਵਾਰ ਦੀ ਇੱਕ ਔਰਤ ਨਾਲ ਗੱਲਬਾਤ ਕੀਤੀ ਤਾਂ ਉਸਨੇ ਭਾਵੁਕ ਹੁੰਦੇ ਦੱਸਿਆ ਕਿ ਇਹ ਧਰਨੇ ਦੇ ਕਰਕੇ ਹੋਇਆ ਹੈ। ਹਸਪੀਟਲ ਦੇ ਵਿੱਚ ਮਰੀਜ਼ ਨੂੰ ਲਿਜਾਇਆ ਜਾ ਰਿਹਾ ਸੀ ਤਾਂ ਜਾਮ ਦੇ ਵਿੱਚ ਐਂਬੂਲੈਂਸ ਹੈ ਜਿਹੜੀ ਉਹ ਫਸ ਗਈ। ਇਹ ਤਸਵੀਰਾਂ ਨੇ ਜਿਹੜੀਆਂ ਬਿਆਸ ਪੁਲ ਦੀਆਂ ਨੇ, ਜਿੱਥੇ ਕਈ ਕਿਲੋਮੀਟਰ ਤੱਕ ਲੰਮਾ ਜਾਮ ਕਿਸਾਨਾਂ ਦੇ ਧਰਨੇ ਕਰਕੇ ਲੱਗ ਪਿਆ। ਪੇਸ਼ੈਂਟ ਹੈ ਵਿੱਚ ਜੀ? ਹਾਂਜੀ। ਕਿੰਨੇ ਕੁ ਚਿਰ ਤੋਂ ਪਰੇਸ਼ਾਨ ਹੋ ਰਹੇ? ਇਹ ਸ਼ਮਾ ਹੁਣ ਤਾਂ ਥੋੜਾ ਟਾਈਮ ਹੀ ਹੋਇਆ, ਸ਼ਮਾ ਦੇ ਠੀਕ ਨਹੀਂ ਹੈ, ਠੀਕ ਨਹੀਂ ਆ। ਹਾਂਜੀ, ਟੈਕ ਦਾ ਇਹਨਾਂ ਨੂੰ ਹੋਇਆ। ਹਾਂਜੀ, ਕਹਿਣਾ ਚਾਹੋਗੇ ਸਰਕਾਰ ਜਿਹੜੀ? ਸਰਕਾਰ ਕਹਿਣਾ ਚਾਹੀਦੀ ਸਭ ਨੂੰ ਰਸਤਾ ਮਿਲੇ ਜਾਣ ਵਾਸਤੇ ਜ਼ਰੂਰੀ ਹੈ। ਮਾਤਾ ਜੀ ਢਿੱਲੇ ਵੀ। ਅੱਗੇ ਕਿੱਥੇ ਜਾ ਰਹੇ ਤੁਸੀਂ? ਅੱਗੇ ਅਸੀਂ ਕਪੂਰਥਲੇ ਜਾ ਰਹੇ ਹਾਂ।